ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ਤੇ ਨਿਸ਼ਾਨਾ ਸਾਧਿਆ। ਕੈਪਟਨ ਨੂੰ ਗੁਟਕਾ ਸਾਹਿਬ ਖਾਤੀ ਝੂਠੀ ਸੌਂ ਦੀ ਸਜ਼ਾ ਦੇਣਗੇ ਲੋਕ। ਕਿਸਾਨਾਂ ਦੀ ਲੜਾਈ ਲੜਨ ਤੋਂ ਭੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਇਹ ਵੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਲਾਇਆ। ਪ੍ਰਧਾਨ ਮੰਤਰੀ ਦੇ ਘਰ ਤੇ ਅੱਗੇ ਧਰਨਾ ਦੇਣ ਕੈਪਟਨ ਅਮਰਿੰਦਰ ਸਿੰਘ। ਸੂਬੇ ਦੇ ਮੰਤਰੀ ਲੋਕਾਂ ਨੂੰ ਲੁੱਟਣ ਵਿੱਚ ਲੱਗੇ ਹੋਏ ਨੇ। ਡਰੱਗ ਮਾਫੀਆ ਨੂੰ ਕਾਂਗਰਸ ਵਿਧਾਇਕਾਂ ਦੀ ਸ਼ਹਿ ਪ੍ਰਾਪਤ ਹੈ, ਇਹਨਾਂ ਤਮਾਮ ਗੱਲਾਂ ਦਾ ਜ਼ਿਕਰ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ, ਜੋ ਅੱਜ ਸ੍ਰੀ ਹਰਿਮੰਦਰ ਸਾਹਿਬ ਮਸਤਕ ਪਹੁੰਚੇ ਸੀਗੇ। ਉਸ ਤੋਂ ਬਾਅਦ ਮੀਡੀਆ ਦੇ ਮੁਖਾਤਿਬ ਹੁੰਦਿਆਂ ਉਹਨਾਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕੈਪਟਨ ਸਰਕਾਰ ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਗੁਟਕਾ ਸਾਹਿਬ ਦੀ ਖਾਧੀ ਝੂਠੀ ਸੌਂ ਦੀ ਲੋਕ ਸਜ਼ਾ ਦੇਣਗੇ। ਕਿਸਾਨਾਂ ਦੀ ਲੜਾਈ ਤੋਂ ਭੱਜ ਰਹੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਘਰ ਅੱਗੇ ਧਰਨਾ ਦੇਣ ਕੈਪਟਨ ਅਮਰਿੰਦਰ ਸਿੰਘ। ਬੇਇਨਸਾਫੀ ਸੈਂਟਰੀ ਸਰਕਾਰ ਨੇ ਕੀਤੀ ਹੈ, ਜਿਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਕਿਸਾਨੀ ਨੂੰ ਹੋਣਾ ਹੈ। ਇੱਥੋਂ ਦੀ ਘੱਟ ਤੋਂ ਘੱਟ BJP ਯੂਨਿਟ ਜੋ ਪੰਜਾਬ ਦਾ ਹੈ, ਉਹਨੂੰ ਤਾਂ ਸਟੈਂਡ ਲੈਣਾ ਚਾਹੀਦਾ। ਇੱਥੇ ਆ ਕੇ ਉਹ ਐਕਟਾਂ ਦੇ ਫਾਇਦੇ ਦੱਸਣ ਦੀ ਬਜਾਏ ਜੋ ਮੰਗ ਹੈ ਕਿਸਾਨੀ ਦੀ, ਘੱਟ ਤੋਂ ਘੱਟ ਕਿਸਾਨੀ ਦੀ ਮੰਗ ਪੂਰੀ ਕਰਨੀ ਚਾਹੀਦੀ ਹੈ। ਜੋ ਕਿਸਾਨ ਜਥੇਬੰਦੀਆਂ ਲੱਗੀਆਂ, ਸਾਰੇ ਕਿਸਾਨ ਸੰਘਰਸ਼ ਕਰ ਰਹੇ ਹੈ, ਉਹਨਾਂ ਦੀ ਗੱਲ ਸੁਣ ਕੇ ਉਹਨਾਂ ਦਾ ਹੱਲ ਕੱਢਣ ਦੀ ਲੋੜ ਹੈ, ਲੈਕਚਰ ਦੇਣ ਦੀ ਲੋੜ ਨਹੀਂ। ਬਟ ਕਾਫੀ ਦੇਰ ਦੀ ਉਹਨਾਂ ਦੀ ਇੱਛਾ ਸੀ ਕਿ 117 ਸੀਟਾਂ 'ਤੇ ਲੜਨਾ ਹੈ। ਐਜ਼ ਅ ਪੋਲੀਟੀਕਲ ਪਾਰਟੀ ਉਹਨਾਂ ਦਾ ਰਾਈਟ ਹੈ, ਲੜ ਲੈਣ, ਬਹੁਤ ਖੁਸ਼ੀ ਦੀ ਗੱਲ ਹੈ। ਕੋਈ ਚੁਣੌਤੀ ਨਹੀਂ ਹੈ। ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿ ਪੰਜਾਬੀਆਂ ਦੀ ਅਸਲੀ ਹੱਕਦਾਰ ਪੰਜਾਬੀਆਂ ਦੀ ਵੋਟ ਦੀ ਕਿਹੜੀ ਪਾਰਟੀ ਹੈ, ਕਿਹੜੀ ਪਾਰਟੀ ਨੇ ਪੰਜਾਬ ਵਾਸਤੇ ਕੁਝ ਕੀਤਾ, ਕਿਹੜੀ ਪਾਰਟੀ ਨੇ ਪੰਜਾਬੀਆਂ ਵਾਸਤੇ ਸੰਘਰਸ਼ ਕੀਤਾ, ਕਿਹੜੀ ਪਾਰਟੀ ਨੇ ਪੰਜਾਬੀਆਂ ਵਾਸਤੇ ਕੰਮ ਕੀਤੇ ਹੈ, ਉਹ ਪੰਜਾਬੀਆਂ ਨੂੰ ਪਤਾ। ਸੋ ਕੋਈ ਤਾਂ ਬਹੁਤ ਪਾਰਟੀਆਂ ਮੈਦਾਨੇ ਜੰਗ 'ਚ ਆ ਜਾਂਦੀਆਂ, ਕਈ ਬੰਦੇ ਛੋਟੀ ਛੋਟੀਆਂ ਪਾਰਟੀਆਂ ਨੇ ਕੋਸ਼ਿਸ਼ ਕੀਤੀ ਹੈ, ਪਰ ਪੰਜਾਬ ਦੀ ਜਨਤਾ ਨੇ ਨਕਾਰ ਕੇ ਰੱਖ ਦਿੱਤਾ। ਪੰਜਾਬ ਦੀ ਜਨਤਾ ਬੜੀ ਕਲੀਅਰ ਹੈ, ਉਹਨਾਂ ਨੂੰ ਪਤਾ ਹੈ, ਹਰ ਪਾਰਟੀ ਦਾ ਪਿਛੋਕੜ ਬਾਰੇ ਪਤਾ ਹੈ। ਕਾਂਗਰਸ ਤੁਸੀਂ ਦੇਖੋਗੇ ਪੂਰੇ ਦੇਸ਼ ਵਿੱਚ ਹੁਣ ਖਤਮ ਹੋ ਰਹੀ ਹੈ। ਕਿਉਂ? ਜੇ ਕਾਂਗਰਸ ਦੀ ਜਿਹੜਾ ਬੰਦਾ ਕਾਂਗਰਸ ਦਾ ਹਰ ਪਾਰਟੀ ਦਾ ਜਿਹੜਾ ਲੀਡਰ ਹੁੰਦਾ ਨਾ, ਉਹ ਇੱਕ ਫੇਸ ਹੁੰਦਾ, ਉਹ ਪਾਰਟੀ ਦੀ ਅਗਵਾਈ ਕਰਦਾ। ਕਾਂਗਰਸ ਦੀ ਲੀਡਰਸ਼ਿਪ ਕ੍ਰਾਈਸਿਸ ਹੈ। ਕਾਂਗਰਸ ਦਾ ਜਿਹੜਾ ਫੇਸ ਹੈ ਰਾਹੁਲ ਗਾਂਧੀ ਹੈ, ਉਹ ਕੰਪੀਟੈਂਟ ਹੀ ਨਹੀਂ। ਉਹਨੂੰ ਮੈਨੂੰ ਲੱਗਦਾ ਜਿਵੇਂ ਐਂ ਲੱਗਦਾ ਜਿਵੇਂ ਧੱਕੇ ਨਾਲ ਉਹ ਕੁਰਸੀ 'ਤੇ ਬਿਠਾਇਆ ਪ੍ਰਧਾਨਗੀ ਦੀ, ਉਹ ਆਪ ਕਰਨਾ ਨਹੀਂ ਚਾਹੁੰਦਾ। ਕਾਂਗਰਸ ਦਾ ਪੰਜਾਬ 'ਚ ਬਿਲਕੁਲ ਖਤਮ ਹੈ। ਪਿਛਲੀ ਵਾਰ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਇਹ ਜਿਹੀਆਂ ਕਰਤੂਤਾਂ ਸੀ, ਇਹ ਜਿਹੇ ਉਹਨਾਂ ਨੇ ਧੱਕੇ ਕੀਤੇ ਪੰਜਾਬ ਨਾਲ, ਇਹ ਜਿਹੇ ਉਹਨਾਂ ਨੇ ਡਿਵੈਲਪਮੈਂਟ ਬਿਲਕੁਲ ਖਤਮ ਕਰਤੀ ਸੀ, ਲੁੱਟ ਖੋਹ ਦਾ ਕੰਮ ਉਦੋਂ ਸੀ। ਤਾਂਹੀਓ 10 ਸਾਲ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਰਾਜ ਰਿਹਾ। 10 ਸਾਲ ਦੇ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਰਹਿਣਾ ਸੀ, ਪਰ ਸਾਰੀਆਂ ਪਾਰਟੀਆਂ ਝੂਠ ਦਾ ਝੂਠ ਨੂੰ ਅੱਗੇ ਰੱਖ ਕੇ ਝੂਠਾ ਪ੍ਰਚਾਰ ਇੰਨਾ ਕੀਤਾ, ਅਤੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਕਰਕੇ ਪੰਜਾਬ ਦੀ ਲੋਕਾਂ ਦੀ ਭਾਵਨਾ ਦਾ ਖਿਲਵਾੜ ਕਰਕੇ ਇਹ ਜਿਹੀਆਂ ਗੱਲਾਂ ਕਹੀਆਂ ਜਿਹੜੀਆਂ, ਕਿਉਂਕਿ ਆਪਣੀ ਕੌਮ ਵਿੱਚ ਇੱਕ ਵੱਡੀ ਗੱਲ ਹੈ ਕਿ ਜੇ ਕੋਈ ਗੁਰੂ ਸਾਹਿਬ ਦੀ ਗੁਰੂ ਘਰ ਦੀ ਕੋਈ ਸਹੁੰ ਖਾਂਦਾ ਹੈ, ਇਹਦਾ ਮਤਲਬ ਆਪਾਂ ਉਹਨੂੰ ਮੰਨ ਲੈਂਦੇ ਹਾਂ ਕਿ ਉਹ ਸਹੀ ਬੋਲਦਾ ਹੁਣ। ਪਰ ਕੈਪਟਨ ਅਮਰਿੰਦਰ ਸਿੰਘ ਨੇ ਉਹ ਮਰਿਆਦਾ ਵੀ ਤੋੜ ਦਿੱਤੀ, ਉਹਨੂੰ ਸਜ਼ਾ ਮਿਲੂਗੀ।
ਐਂਡ ਜਨਤਾ ਨੇ ਸਜ਼ਾ ਦੇਣੀ ਹੈ। ਤੁਸੀਂ ਐਕਤੀ ਦੇਖ ਲਿਓ ਕਿਵੇਂ ਸਜ਼ਾ ਦਿੰਦੀ। 4 ਸਾਲ ਹੋ ਗਏ ਕਾਂਗਰਸ ਦੀ ਮੁੱਖ ਮੰਤਰੀ ਬਣੇ ਨੂੰ। ਤੁਸੀਂ ਬੱਚਾ ਬੱਚਾ ਪੰਜਾਬ ਦਾ ਕਹਿ ਰਿਹਾ ਕਿ ਜੇ ਡਰੱਗ ਮਾਫੀਆ ਨੂੰ ਪ੍ਰਮੋਟ ਕੀਤਾ ਤੇ ਕਾਂਗਰਸੀ MLA ਨੇ ਕੀਤਾ। ਕਾਂਗਰਸੀ MLA ਇਹਨਾਂ ਤੋਂ ਮਹੀਨਾ ਲੈਂਦੇ ਆ, ਮਹੀਨਾ ਲੈਂਦੇ ਆ, ਇੱਕ ਮਿਲਾਂ ਦਾ ਇੱਕ ਇਨਕਮ ਦਾ ਪੈਸੇ ਦਾ ਜ਼ਰੀਆ ਬਣਾ ਲਿਆ ਕਾਂਗਰਸ ਦੇ MLA ਨੇ। ਅੱਜ ਕਾਂਗਰਸ ਦੇ MLA ਰੇਤ ਮਾਫੀਆ, ਸ਼ਰਾਬ ਦਾ ਜਿੰਨਾ ਜਾਲੀ ਕੰਮ ਕਾਂਗਰਸ ਦੇ MLA ਕਰਦੇ, ਮੇਰਾ ਇਹਦਾ ਰਿਕਾਰਡ ਕਾਇਮ ਹੋ ਗਿਆ। ਉਹਨਾਂ ਦਾ ਉਹਨਾਂ ਦੇ ਮਨ 'ਚ ਇੱਕ ਗੱਲ ਪੈ ਗਈ ਕਾਂਗਰਸ ਦੇ ਲੀਡਰਸ਼ਿਪ ਦੇ ਅੰਦਰ ਕਿ ਆ ਇਹਦੇ ਬਾਅਦ ਸਾਡਾ ਪਤਾ ਨਹੀਂ ਮਤਲਬ ਅਗਲੇ 20-25 ਸਾਲ ਸਰਕਾਰ ਨਹੀਂ ਆਉਣੀ, ਹੁਣੀ ਗਰੀਬੀ ਦੂਰ ਕਰ ਲਓ। ਹੁਣ ਸਾਰੇ ਜਿਹੜਾ ਮਿਸ਼ਨ ਹੈ, ਮੈਨੂੰ ਤਾਂ ਡਰ ਹੈ ਕਿ ਅਗਲੇ ਸਾਲ ਜਿਹੜਾ ਅਖੀਰਲਾ ਸਾਲ ਪਤਾ ਨਹੀਂ ਕਿਵੇਂ ਲੁੱਟਣਗੇ ਅਤੇ ਕਿਵੇਂ ਤੰਗ ਕਰਨਗੇ ਲੋਕਾਂ ਨੂੰ, ਕਿ ਇੰਨਾ ਖੁੱਲ੍ਹਾ ਹੱਥ ਦੇ ਤਾ ਕੈਪਟਨ ਅਮਰਿੰਦਰ ਸਿੰਘ ਨੇ। ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੈ ਕਿ ਮੈਨੂੰ ਨਾ ਤੁਸੀਂ ਕਹੋ, ਤੁਸੀਂ ਜੋ ਮਰਜ਼ੀ ਕਰ ਲਓ। ਕੈਪਟਨ ਵੀ ਦੋ ਹੱਥ ਲੱਗਿਆ ਲੁੱਟਣ 'ਤੇ ਅਤੇ ਖੁੱਲ੍ਹੀ ਛੁੱਟੀ ਦਿੱਤੀ ਹੈ, ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ? ਮੈਂ ਤਾਂ ਆਹੀ ਕਹਿਣਾ ਚਾਹੁੰਦਾ, 4 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣੇ, ਮੈਨੂੰ ਕੈਪਟਨ ਅਮਰਿੰਦਰ ਸਿੰਘ ਇੱਕ ਕੰਮ ਦੱਸ ਦੇਣ, ਇੱਕ ਹੀ ਮੈਂ ਪਹਿਲੇ 5 ਕਹਿੰਦਾ ਹੁੰਦਾ ਸੀ, ਮੈਂ 5 ਵੀ ਛੱਡਤੇ, ਇੱਕ ਦੱਸ ਦੇਣ ਕਿ ਮੈਂ 4 ਸਾਲਾਂ 'ਚ ਆਹ ਇੱਕ ਕੰਮ ਪੰਜਾਬ ਵਾਸਤੇ ਕੀਤਾ ਹੈ, ਇੱਕ ਕੰਮ ਦੱਸ ਦੇਣ, ਉਹ ਵੀ ਨਹੀਂ ਦੱਸ ਸਕਦੇ।